ਪੈਦਲ ਮਦੀਨੇ ਦਾ ਸਫ਼ਰ ਕਰਨ ਲੱਗੇ ਆ। ਮਾਸ਼ਾਅੱਲਾ। ਸਾਡੇ ਬਿਲਕੁਲ ਮਰਗਰਾ ਦੀਆਂ ਪਹਾੜੀਆਂ ਨੇ, ਬੁਲਾਵਾ ਆਉਂਦਾ ਤੇ ਕੋਈ ਆਉਂਦਾ, ਬੁਲਾਵੇ ਤੋਂ ਬਗੈਰ ਨਹੀਂ ਕੋਈ ਆ ਸਕਦਾ। ਇਹ ਹੈ ਜੀ ਮਾਂਬਰੀ ਸਰਕਾਰ ਦਰਬਾਰ ਕੀ ਤਰਫ ਖੜੇ ਆ, ਕਾਫੀ ਮਜ਼ਾ ਆ ਰਿਹਾ ਜੀ, ਸਕੂਨ ਸਕੂਨ ਮਾਹੌਲ ਹੈ। ਜਿੱਥੇ ਅਸੀਂ ਉੱਪਰ ਜਾਣਾ ਉਹ ਤਾਂ ਬਹੁਤ ਸਹੂਲਤਾਂ ਹੋ ਗਈਆਂ ਨੇ, ਪਹਿਲੇ ਬਿਲਕੁਲ ਪੈਦਲ ਰਾਸਤਾ ਸੀ ਸਾਰਾ। ਮਜ਼ਾ ਆਏਗਾ ਰਾਹ 'ਚ, ਤੁਹਾਨੂੰ ਬੰਦਰ ਵੀ ਦਿਖਾਵਾਂਗੇ। ਸਾਰਾ ਸਫ਼ਰ ਇਸ ਤਰ੍ਹਾਂ ਦਾ ਨਾ, ਸੀੜੀਆਂ ਦਾ। ਸ਼ਾਨੀ ਸਾਹਿਬ ਕੀ ਮਹਿਸੂਸ ਕਰਨ ਦੇ? ਹਾਂਜੀ ਪੜੀਆਂ ਨੇ, ਜਵਾਨਾਂ ਤੋਂ ਇਲਾਵਾ ਨਹੀਂ ਕੋਈ ਆ ਸਕਦਾ ਇੱਥੇ। ਮਰਗਲਾ ਸਾਰਾ ਉਹ ਇਸਲਾਮਾਬਾਦ ਆੜੋ ਉਹ ਆ ਗਏ ਨੀ ਮਾਮਾ ਉਹ ਸਾਨੂੰ ਟੀਮਾਂ ਪੈ ਗਈਆਂ, ਉਹ ਤੁਹਾਡੀ ਦੇ ਦੇ ਸੂ ਉਹ ਲੜੇ ਆ ਭਾਏ ਨੂੰ ਨਾ, ਇਹਨਾਂ ਦੀ ਜ਼ਮੀਨ ਜਿਹੜੀ ਉਹ ਆਪਣੇ ਕਬਜ਼ੇ 'ਚ ਕਰ ਲਈ। ਇੱਥੇ ਦੀਵੇ ਬਾਲਦੇ ਨੇ, ਮੰਨਤਾਂ ਮੰਗਦੇ ਨੇ। ਇਹ ਮੇਰੇ ਕੋਈ ਫਰੈਂਡ ਨੇ ਲਾਹੌਰ ਵਾਲੇ, ਅੱਜ ਐਂਡ ਤੱਕ ਜਾਣਾ। ਆਹ ਦੇਖੋ ਇੱਥੇ ਚਿੱਲਾ ਕੱਟਿਆ ਹੋਇਆ। ਅਸਲਾਮੁ ਅਲੈਕੁਮ, ਮੈਂ ਹੂੰ ਸਿਦਾਤ ਔਰ ਆਜ ਕਾ ਕਰਤੇ ਹੈਂ ਨਿਊ ਵਲੌਗ। ਆਜ ਜੀ ਹਮ ਲੋਗ ਪਿੰਡੀ ਮੇਂ, ਤੋ ਅਭੀ ਮੈਂ ਖੜਾ ਹੂੰ ਹਾਈਵੇ ਕੇ ਉੱਪਰ। ਉਸਸੇ ਪਹਿਲੇ ਲਾਈਕ ਕਰੋ, ਸ਼ੇਅਰ ਕਰੋ, ਸਬਸਕ੍ਰਾਈਬ ਕਰੋ ਔਰ ਬੈਲ ਕਾ ਬਟਨ ਦਬਾਓ। ਆਜ ਹਮ ਜਾ ਰਹੇ ਹੈ ਜੀ ਹਰੀ ਇਮਾਮ, ਔਰ ਇਨਸ਼ਾ ਅੱਲਾਹ ਤਾਲਾ ਵਹਾਂ ਸੇ ਫਿਰ ਜਾਏਂਗੇ ਲੋਹੇ ਦੰਦੀ। ਔਰ ਮੇਰੇ ਸਾਥ ਹੈ ਜੀ ਸ਼ਾਨੀ ਸਾਹਿਬ, ਵੋ ਸ਼ਾਨੀ ਖੜਾ ਹੈ, ਉਸਕੇ ਸਾਥ ਉਸਕਾ ਭਾਈ ਹੈ, ਔਰ ਇੱਕ ਯੇ ਹਮਾਰਾ ਬੱਚਾ ਹੈ ਛੋਟਾ ਸਾ। ਤੋ ਹਮ ਲੋਕ ਜਾ ਰਹੇ ਹੈ ਸਭ ਆਜ ਹਰੀ ਇਮਾਮ, ਆਪਸੇ ਸ਼ੇਅਰ ਕਰੇਂਗੇ ਦਿਖਾਏਂਗੇ, ਫਿਰ ਪਹਾੜੀ ਕੇ ਉੱਪਰ ਜਾਏਂਗੇ ਔਰ ਦੇਖਤੇ ਹੈ ਆਗੇ ਕੌਣ ਪਿੱਛੇ ਕੌਣ। ਔਰ ਸ਼ਾਨੀ ਪਤਾ ਨਹੀਂ, ਸ਼ਾਨੀ ਸਾਹਿਬ ਅੱਗੇ ਕਿ ਪਿੱਛੇ? ਫਰੈਂਡ ਪੇ, ਬਾਈਕ ਪੇ। ਇਹ ਬੰਦਾ ਜੋ ਹੈ ਨਾ, ਇਹ ਸਬਸੇ ਆਗੇ ਹੋਗਾ, ਇਸਕੀ ਸਿਹਤ ਚੈੱਕ ਕਰੋ। ਪੈਦਲ ਮਦੀਨੇ ਦਾ ਸਫ਼ਰ ਕਰਨ ਲਗੇ ਆ। ਮਾਸ਼ਾਅੱਲਾਹ, ਵਾਹ ਜੀ ਵਾਹ, ਸੁਭਾਨ ਅੱਲਾਹ। ਤੋ ਹਮ ਲੋਕ ਚਲਤੇ ਹੈ ਜੀ, ਤੇ ਬੜਾ ਮਜ਼ਾ ਆਉਣਾ ਜੀ ਅੱਜ। ਇੱਕ ਤੁਹਾਨੂੰ ਦੁੰਬਾ ਵੀ ਵਹਾਉਣਾ ਹੈ ਤਾਂ ਉਹਦੀਆਂ ਸਪੀਟਾਂ ਵੇਖਿਆ ਜੇ ਤੁਸੀਂ, ਚੱਲਨੇ ਆ ਇਨਸ਼ਾਅੱਲਾ ਤਾਲਾ ਬਰੀ ਮਾਮ। ਏ ਫਿਊ ਮੋਮੈਂਟਸ ਲੇਟਰ, ਇਸਲਾਮਾਬਾਦ ਤੇ ਇਸ ਤਰ੍ਹਾਂ ਦੇ ਡਬਲ ਰੋਡ ਰਾਵਲਪਿੰਡੀ, ਅਸੀਂ ਇਸ ਟਾਈਮ ਜਾ ਰਹੇ ਹਾਂ ਫੈਜ਼ਾਬਾਦ ਵੱਲ। ਉਹ ਸਾਹਮਣੇ ਦੇਖੋ ਮਰਗਲਾ ਦੀਆਂ ਪਹਾੜੀਆਂ, ਓਏ ਹੋਏ ਹੋਏ ਹੋਏ, ਤੇ ਸਵੇਰ ਦਾ ਟਾਈਮ ਹੈ 7 ਵਜੇ ਦਾ। ਉਹ ਸਾਥ ਸਾਥ ਮੈਟਰੋ ਕਾ ਪੁਲ, ਉਹ ਮੈਟਰੋ ਵੀ ਆ ਰਹੀ। ਇਹ ਪਿੰਡੀ ਸੇ ਇਸਲਾਮਾਬਾਦ ਨਿਕਲਨੇ ਪਏ ਹਾਂ ਫੈਜ਼ਾਬਾਦ। Thank you.
ਜਾ ਰਹੇ ਹਾਂ ਨਜ਼ਦੀਕ ਤਰੀਨ ਆ ਸਾਹਮਣੇ ਸਾਡੇ ਬਿਲਕੁਲ ਮਰਗਲਾ ਦੀਆਂ ਪਹਾੜੀਆਂ ਨੇ ਦੇਖੋ ਕੱਢਿਆ ਨਵਾਂ ਪਿਛਲਾ ਜਿਹੜਾ ਰੋਡ ਹੈ ਉਹ ਬੰਦ ਹੈ ਇਸ ਵਜ੍ਹਾ ਤੋਂ ਕਿ ਉੱਥੇ ਨੇ ਅੰਬੈਸੀਆਂ ਉਹਦੀ ਵਜ੍ਹਾ ਤੋਂ ਨਵਾਂ ਰੋਡ ਬਣਾਇਆ ਇਹਨਾਂ ਨੇ ਗਿਆ ਦੇਖੋ ਕੈਸੀ ਕਣਕ ਲੱਗੀ ਹੋਈ ਹੈ ਕੈਸਾ ਖੂਬਸੂਰਤ ਕਲਰ ਇੰਝ ਲੱਗਦਾ ਜਿਵੇਂ ਅਸੀਂ ਪਿੰਡ 'ਚ ਫਿਰਨ ਦੇ ਹਾਂਜੀ ਅਸੀਂ ਮਾਮਬਰੀ ਸਰਕਾਰ ਪਹੁੰਚ ਚੁੱਕੇ ਹਾਂ ਆ ਗਏ ਆ ਦਰਬਾਰ ਦੀ ਬੁਲਾਵਾ ਹੁੰਦਾ ਤੇ ਕੋਈ ਹੁੰਦਾ ਬੁਲਾਵੇ ਤੋਂ ਬਗੈਰ ਨਹੀਂ ਕੋਈ ਆ ਸਕਦਾ ਮਾਮਬਰੀ ਸਰਕਾਰ ਉਹਨਾਂ ਦੇ ਗੁੰਬਦ ਨਜ਼ਰ ਆ ਰਹੇ ਆ ਤੁਹਾਨੂੰ ਦਿਖਾਉਂਦੇ ਹਾਂ ਅੱਜ ਕਾਫੀ ਜ਼ਿਆਦਾ ਮਜ਼ਾ ਆਏਗਾ ਕਿਉਂਕਿ ਅਸੀਂ ਅੱਜ ਜਾਣਾ ਹੈ ਮੇਰੇ ਨਾਲ ਜੀ ਮਾਜਦ ਸਾਹਿਬ ਇਹ ਨੇ ਨਾਰੋਵਾਲ ਤੋਂ ਮਾਜਦ ਸਾਹਿਬ ਕੀ ਹਾਲ ਅਲਹਮਦੁਲਿਲਾ ਸ਼ੁਕਰ ਮਾਜਦ ਮੇਰਾ ਦੋਸਤ ਹੈ ਬਹੁਤ ਪੁਰਾਣਾ ਅਸੀਂ ਜਦੋਂ ਨਾਰੋਵਾਲ ਗਏ ਸਾਂ ਨਾਰੋਵਾਲ ਹੀ ਬਿਲਕੁਲ ਨਾਰੋਵਾਲ ਤੇ ਉਦੋਂ ਅਸੀਂ ਮਾਜਦ ਸਾਹਿਬ ਨੂੰ ਯਾਦ ਕੀਤਾ ਸੀ ਅਸੀਂ ਕਿਹਾ ਜੀ ਚਲੋ ਮਾਜਦ ਸਾਹਿਬ ਉਦੋਂ ਇਸਲਾਮਾਬਾਦ 'ਚ ਸਨ ਅਤੇ ਅਸੀਂ ਫਿਰ ਨਾਰੋਵਾਲ ਇਕੱਲੇ ਫਿਰੇ ਸਾਂ ਇਹਨਾਂ ਦੇ ਚੌਂਕ 'ਚੋਂ ਅਸੀਂ ਸਮੋਸੇ ਵੀ ਖਾਧੇ ਸਨ ਯਾਦ ਹੈ ਤੁਹਾਨੂੰ ਠੀਕ ਹੈ ਅਤੇ ਅੱਜ ਅਸੀਂ ਆਏ ਹਾਂ ਇਕੱਠੇ ਸਾਰੇ ਇਨਸ਼ਾ ਅੱਲਾਹ ਤਾਲਾ ਦੁਆ ਕਰਿਆ ਜੀ ਸਾਡੇ ਵਾਸਤੇ ਅਸੀਂ ਤੁਹਾਡੇ ਵਾਸਤੇ ਕਰਾਂਗੇ ਠੀਕ ਹੈ ਜੀ ਅਤੇ ਚੱਲਦੇ ਹਾਂ ਅੰਦਰ ਦਰਬਾਰ ਇਹ ਹੈ ਜੀ ਮਾਮਬਰੀ ਸਰਕਾਰ ਦਰਬਾਰ ਕੀ ਤਰਫ ਖੜ੍ਹੇ ਆ ਔਰ ਯਹਾਂ ਪੇ ਹਮਾਰਾ ਇੱਕ ਸੈਕਟਰੀ ਆਇਆ ਹੋਇਆ ਹੈ ਪਹਿਲੇ ਕਾ ਇੱਧਰ ਅਤੇ ਅਸੀਂ ਤੁਹਾਨੂੰ ਆਉਂਦੇ ਹਾਂ ਭਾਮਾਨ ਕੀ ਹਾਲ ਹੈ ਭਾਮਾਨ ਹੁੰਦੇ ਆ ਜੀ ਦੇਖੋ ਇਹਨਾਂ ਦੇ ਵਾਲ ਸਾਹਿਬ ਦੀ ਕਬਰ ਤੇ ਵੀ ਕੱਢਣਾ ਹੀ ਹੁੰਦੇ ਆ ਤੂੰ ਮੇਰੇ ਨਾਲ ਹੀ ਨਹੀਂ ਆਇਆ ਤੇ ਇਹ ਦੇਖੋ ਜੀ ਹੁੰਦੇ ਆ ਸਰ ਚਾਵਲਾਂ ਨੂੰ ਪੈ ਗਏ ਨੇ ਇਹ ਦੇਖੋ ਆਂਦੇ ਇਹ ਵੇ ਚੱਕਰੋਂ ਦੋ ਨਾਨ ਵੀ ਖਾ ਕੇ ਆਇਆ ਜੀ ਹੈ ਤੇ ਫਿਰ ਹੁੰਦੇ ਆ ਫਿਰ ਚਾਵਲ ਨੂੰ ਪੈ ਨਾਲ ਦੋ ਦਾ ਹੀ ਬੰਦੇ ਠੀਕ ਹੈ ਚੱਲ ਭਾ ਉੱਠ ਤੇ ਅਸੀਂ ਮਾਸ਼ਾਅੱਲਾ ਜੀ ਚੱਲੇ ਆਂ ਦਰਬਾਰ ਤੇ ਤੁਹਾਨੂੰ ਪਤਾ ਸਾਡੇ ਨਾਲ ਸ਼ਾਨੀ ਜੀ ਸ਼ਾਨੀ ਸਾਹਿਬ ਅੱਜ ਫਿਰ ਦਰਬਾਰ ਹੈ ਹਾਂਜੀ ਤੇ ਮਾਸ਼ਾਅੱਲਾ ਜੀ ਮਾਸ਼ਾਅੱਲਾ ਕੀ ਖੂਬਸੂਰਤ ਹੈ ਸ਼ਾਨੀ ਸਾਹਿਬ ਸਕੂਨ ਮਿਲਿਆ ਕਿ ਨਹੀਂ ਤੇ ਇਹ ਛੋਟਾ ਜੀ ਇਹ ਵੀ ਸਾਡਾ ਬੱਚਾ ਹੈ ਦੇਖੋ ਜੀ ਪੁਰਸਕੂਨ ਤੇ ਕਾਫੀ ਮਜ਼ਾ ਆ ਰਿਹਾ ਜੀ ਪੁਰਸਕੂਨ ਮਾਹੌਲ ਹੈ ਤੇ ਦਰਬਾਰ ਸ਼ਰੀਫ ਚੱਲਦੇ ਹਾਂ ਤੇ ਤੁਹਾਨੂੰ ਦਿਖਾਉਂਦੇ ਹਾਂ
ਮਾਸ਼ਾਅੱਲਾ ਇਤਨਾ ਖੂਬਸੂਰਤ ਔਰ ਇਹ ਦੇਖੇ ਗੁੰਬਦ ਸਬਜ਼। ਅੱਜ ਕਾਫੀ ਦਿਨ ਹੋ ਗਏ ਤੋ ਹਮਾਰਾ ਇਤਨਾ ਦਿਲ ਕਰ ਰਹਾ ਥਾ ਕਿ ਹਮ ਨਾ ਦਰਬਾਰ ਸ਼ਰੀਫ ਚਲੇ ਤੋ ਹਮ ਲੋਕ ਦੇਖੇ, ਠੀਕ ਹੈ ਜੀ, ਤੋ ਕਾਫੀ ਜ਼ਿਆਦਾ ਸਕੂਨ ਵੀ ਮਿਲਿਆ। ਦਰਖਤ ਹੈ ਯਹਾਂ ਪੇ ਵੀ ਸਰਕਾਰ ਨੇ ਚਿੱਲਾ ਕੱਟਾ ਹੁਆ ਹੈ ਔਰ ਯਹਾਂ ਪੇ ਆਪ ਕੋਈ ਵੀ ਆਪਣੀ ਦਿਲ ਕੀ ਮੁਰਾਦ ਪਰ ਪੂਰੀ ਹੋਤੀ ਹੈ ਇਨਸ਼ਾਅੱਲਾ। ਅਸੀਂ ਹੁਣ ਚੱਲੇ ਹਾਂ ਜੀ ਬਾਹਰ ਵੱਲ, ਠੀਕ ਹੈ, ਅਸੀਂ ਬਾਹਰ ਨਿਕਲ ਗਏ ਹਾਂ, ਹੁਣ ਅਸੀਂ ਇਨਸ਼ਾਅੱਲਾ ਤਾਲਾ ਇਸ ਤੋਂ ਬਾਅਦ ਚੱਲਾਂਗੇ ਪਹਾੜੀ ਦੇ ਉੱਤੇ ਲੋਹੇ ਦੰਦੀ ਜਿੱਥੇ ਸਰਕਾਰ ਨੇ ਅਤੇ ਇਹ ਸਾਰੇ ਜੁੱਤੀ ਵਾਸਤੇ ਵੇ, ਠੀਕ ਹੈ ਜੀ, ਅਸੀਂ ਬੰਦਾ ਖਿਲਾ ਰਿਹਾ ਸੀ ਆਪਣਾ, ਠੀਕ ਹੈ, ਇਹ ਸਾਰੇ ਇਕੱਠੇ ਹੋ ਗਏ ਨੇ, ਠੀਕ ਹੈ, ਇਹ ਦੇਖੋ ਦਰਬਾਰ ਦੇ ਸ਼ਰੀਫ ਉਹ ਪਹਾੜ ਜਿੱਥੇ ਅਸੀਂ ਉੱਪਰ ਜਾਣਾ ਉਹ ਉੱਤੇ ਜਾ ਕੇ, ਠੀਕ ਹੈ ਜੀ, ਚੱਲਦੇ ਹਾਂ। ਇੱਥੇ ਹਰ ਚੀਜ਼ ਬੱਚਿਆਂ ਵਾਸਤੇ ਲੱਗੀ ਹੋਈ ਹੈ, ਦਰਬਾਰ ਦੇ ਬਿਲਕੁਲ ਸਾਹਮਣੇ ਉਹ ਦਰਬਾਰ ਸ਼ਰੀਫ, ਬਾਹਰ ਆਓ ਲੰਗਰ, ਇਹ ਦੇਖੋ ਬੱਚਿਆਂ ਦੇ ਬੋਲ, ਕਲੋਕ, ਬੱਚਿਆਂ ਦੇ ਖਿਲੌਣੇ, ਤੁਸੀਂ ਆਪਣੇ ਪਿਆਰਿਆਂ ਵਾਸਤੇ ਕਿਸੇ ਵਾਸਤੇ ਵੀ ਖੜ ਸਕਦੇ ਹੋ, ਛੋਟੇ ਬੱਚਿਆਂ ਵਾਸਤੇ। ਅੱਛਾ, ਮੇਰੇ ਅਰਸਲ ਨੇ ਵੇਖਣੀ ਹੈ ਅਤੇ ਉਹਨੇ ਕਹਿਣਾ ਬਾਬਾ ਤੁਸੀਂ ਨਹੀਂ ਲੈ ਕੇ, ਲੇਕਿਨ ਮੈਂ ਉਹਦੇ ਵਾਸਤੇ ਪਹਿਲੇ ਲੈ ਲਈ, ਠੀਕ ਹੈ ਜੀ, ਛੋਟੇ ਮੋਟੇ ਸਭ। ਅੱਛੀ ਦਰਬਾਰ 'ਤੇ ਸਲਾਮ ਕਰਕੇ ਅਤੇ ਹੁਣ ਅਸੀਂ ਜਾ ਰਹੇ ਹਾਂ ਲੋਹੇ ਦੰਦੀ, ਇਹ ਰੂਟ ਬਣਿਆ ਪਹਾੜ ਦੇ ਨਾਲ ਨਾਲ ਬਿਲਕੁਲ, ਠੀਕ ਹੈ ਜੀ। ਹੁਣ ਤਾਂ ਬਹੁਤ ਸਹੂਲਤਾਂ ਹੋ ਗਈਆਂ ਨੇ, ਪਹਿਲੇ ਬਿਲਕੁਲ ਪੈਦਲ ਰਾਸਤਾ ਸੀ ਸਾਰਾ, ਅਸੀਂ ਹੁਣ ਇੱਥੇ ਖਿਲਾਰਦੇ ਹਾਂ ਕਿਉਂਕਿ ਪਹਿਲੇ ਬਾਈਕ 'ਤੇ ਸਫ਼ਰ ਹੋਇਆ, ਬਾਈਕ ਤੋਂ ਇੱਥੇ ਪਾਰਕਿੰਗ ਲੱਗ ਗਈ ਹੈ, ਪਾਰਕਿੰਗ ਹੈ, ਇੱਥੋਂ ਹੁਣ ਸਫ਼ਰ ਸ਼ੁਰੂ ਹੋਏਗਾ ਪੈਦਲ। ਅਤੇ ਇੱਥੇ ਛੋਟੇ ਜਿਹੇ ਬਣੇ ਨੇ ਸਟੋਰ, ਛੋਟਾ ਛੋਟਾ, ਠੀਕ ਹੈ ਜੀ, ਇੱਥੋਂ ਹੁਣ ਚੱਲਦੇ ਹਾਂ ਇਨਸ਼ਾਅੱਲਾ ਅੱਗੇ ਕੀ ਤਰਫ, ਬਰਤਨ ਵੇਚਣ ਵਾਲੇ, ਕਿਉਂਕਿ ਇੱਥੇ ਆਬਾਦੀ ਹੈ ਬਹੁਤ ਜ਼ਿਆਦਾ, ਇੱਥੇ ਪਿੱਛੇ ਬਹੁਤ ਜ਼ਿਆਦਾ ਆਬਾਦੀ ਹੈ। ਅਤੇ ਇਹ ਵੀ ਦਰਬਾਰ ਹੈ ਕੋਈ, ਠੀਕ ਹੈ, ਦੇਖੋ ਕਿੰਨੀ ਮੰਨਤਾਂ ਵਾਲਾ, ਕਿੰਨੀ ਮੰਨਤ ਮੰਗੀ ਗਈ ਇੱਥੇ ਵੀ ਮਾਸ਼ਾਅੱਲਾ। ਅਤੇ ਮੈਂ ਪਿੱਛੇ ਹਾਂ, ਉਹ ਸਾਰੇ ਅੱਗੇ ਨੇ, ਅੱਗੋਂ ਸਫ਼ਰ ਸ਼ੁਰੂ ਹੋ ਰਿਹਾ ਸਾਡਾ ਪੈਦਲ, ਮਜ਼ਾ ਆਏਗਾ, ਰਾਹ 'ਚ ਤੁਹਾਨੂੰ ਬੰਦਰ ਵੀ ਦਿਖਾਵਾਂਗੇ। ਅਤੇ ਅੱਜ ਮੈਂ ਕਿਹਾ ਸ਼ੇਅਰ ਕਰੀਏ ਤੁਹਾਡੇ ਨਾਲ, ਇਸਲਾਮਾਬਾਦ 'ਚ ਆਏ ਹਾਂ ਤਾਂ ਫਿਰ ਕੁਛ ਨਾ ਕੁਛ। ਇੱਥੇ ਆ ਦੇਖੋ ਪਕੌੜੇ, ਸੀੜੀਆਂ ਦਾ ਸਫ਼ਰ ਸ਼ੁਰੂ ਹੋ ਗਿਆ, ਪਾ ਅੱਗੇ ਰਹਿਣਾ ਕਿ ਪਿੱਛੇ, ਵਿਚਕਾਰ
ਅੱਜ ਅੱਜ ਸਾਡੇ ਨਾਲ ਹੋਣੀ ਬੜੀ ਬੁਰੀ ਹੈ। ਹੈਲੋ ਬਾਏ, ਕੌਣ ਹੈ ਇਹ ਲੋਕ, ਕਹਾਂ ਸੇ ਆਤੇ ਹੈ? ਕਿਉਂਕਿ ਸਾਨੂੰ ਪਤਾ ਹੈ ਅਸੀਂ ਦੋਵੇਂ ਪਿੱਛੇ ਰਵਾਂਗੇ, ਉਹ ਬਹੁਤ ਅੱਗੇ ਚਲੇ ਜਾਣਗੇ। ਜਾਣ ਦੇਣ ਜਾਣ ਦੇਣ, ਕਿਉਂਕਿ ਸਾਰਾ ਸਫ਼ਰ ਇਸ ਤਰ੍ਹਾਂ ਦਾ ਨਾ, ਸੀੜੀਆਂ ਦਾ। ਮੈਂ ਤਾਂ ਤੈਨੂੰ ਡਾਇਰੈਕਟ ਉੱਥੇ ਖੜਨਾ ਸੀ। ਠੀਕ ਹੈ, ਉਹ ਅੱਗੇ ਜਾ ਰਹੇ ਨੇ ਦੂਸਰੇ ਬੱਚੇ ਸਾਰੇ। ਤੂੰ ਪਾਣੀ ਪੀਣਾ ਹੈ? ਚਲੋ ਜੀ, ਅੱਗੇ ਅੱਗੇ ਹੈ ਭਾਈ, ਅੱਗੋਂ ਲੈ ਲੈਂਦੇ ਹਾਂ। ਸਫ਼ਰ ਸ਼ੁਰੂ ਹੈ। ਠੀਕ ਹੈ, ਤੁਹਾਨੂੰ ਪਤਾ ਹੈ ਪਾਣੀ ਡਰੰਮੀ ਚੁੱਕ ਲੈ, ਪਾਣੀ ਮੰਗੀ ਜਾ ਰਹੇ। ਉਹ ਵੇਖੋ ਪਾਣੀ ਵਾਲੀ ਡਰੰਮੀ, ਜਿੰਨਾ ਮਰਜ਼ੀ ਪਾਣੀ ਲਾਇਆ। ਉਹ ਵੇਖੋ ਪਾਗਲ ਹੋ ਗਿਆ। ਅੱਛਾ ਵੇਖੋ ਕਹਿਣ ਕੌਣ ਦੇ ਹੈ, ਇਹ ਸਮਾਰਟ ਹੈ ਨਾ, ਜ਼ੀਰੋ ਸਾਈਜ਼। ਉਹ ਵੇ ਉਹ ਵੇ, ਜ਼ੀਰੋ ਜ਼ੀਰੋ ਬੰਦੇ ਕਿੱਡੀ ਸਪੀਡ 'ਚ ਅੱਗੇ ਜਾਂਦੇ ਪਏ। ਸ਼ਾਬਾਸ਼ ਸ਼ਾਨੀ, ਸ਼ਾਬਾਸ਼ ਬਾਈ ਸ਼ਾਨੀ, ਚੜ੍ਹ ਕੇ ਚੜ੍ਹ ਰਹੇ ਹੈ। ਹਾਂਜੀ, ਉਹ ਦੇਖੋ ਜੀ ਭਾਅ ਸਾਡਾ ਰਹਿ ਗਿਆ, ਵਾਪਸ ਜਾ ਰਿਹਾ। ਠੀਕ ਹੈ ਫਿਰ, ਓਕੇ, ਠੀਕ ਹੈ, ਉਹ ਜਾ ਰਿਹਾ ਵਾਪਸ ਉਹ ਇਸਲਾਮਾਬਾਦ। ਠੀਕ ਹੈ ਜੀ, ਮੇਰੇ ਸਾਹ ਤੋਂ ਤੁਹਾਨੂੰ ਲੱਗ ਰਿਹਾ ਹੋਏਗਾ, ਬਹੁਤ ਜ਼ੋਰ ਵਾਲਾ ਕੰਮ ਇਸ ਵਾਰ ਤੋਂ ਕਿਹਾ। ਡੈਟਿੰਗ ਅਤੇ ਜੋਗਿੰਗ ਬਹੁਤ ਜ਼ਰੂਰੀ ਹੈ। ਠੀਕ ਹੈ ਜੀ, ਓਏ ਹੋਏ ਹੋਏ, ਓਏ ਹੋਏ ਹੋਏ, ਮਜ਼ੇ ਆ ਰਹੇ ਨੇ। ਅੱਛਾ ਜੀ, ਇਹ ਦੇਖੋ ਅਸੀਂ ਸ਼ਾਨੀ ਸਾਹਿਬ ਕੀ ਮਹਿਸੂਸ ਕਰਨ ਦੇ? ਹਾਂਜੀ, ਇਸ ਵਾਰ ਤੋਂ ਕਿਹਾ ਸ਼ੁਰੂ ਕਰੋ, ਨਹੀਂ ਹੁਣ ਸ਼ੁਰੂ ਕਰਨੀ ਹੈ। ਹਾਂ ਇਨਸ਼ਾਅੱਲਾ, ਇਨਸ਼ਾਅੱਲਾ, ਤੇ ਇਹ ਦੇਖੋ ਠੀਕ ਹੈ ਅਸੀਂ। ਅੱਛਾ ਜੀ, ਇਹ ਇੱਥੇ ਰਾਹ ਦੇ ਵਿੱਚ ਸਟੇ ਵੇ, ਇਹ ਪੜੀਆਂ ਨੇ, ਤੁਹਾਨੂੰ ਮੈਂ ਧਿਆਨ ਨਾਲ ਇੱਕ ਇਹ ਇਹਨਾਂ ਦੇ ਬਕੋਲ। ਠੀਕ ਹੈ ਜੀ, ਅਸੀਂ ਖੜੇ ਹਾਂ ਇੱਥੇ, ਇਹ ਦੇਖੋ ਕਿੱਡਾ ਪੁਰਾਣਾ। ਬਾਕੀ ਹੈ ਕਾਫੀ ਮਜ਼ਾ ਆਇਆ, ਤੇ
ਥੋੜਾ ਹੀ ਸਫ਼ਰ ਰਹਿ ਗਿਆ, ਸਫ਼ਰ ਪੂਰਾ ਹੁੰਦਾ। ਇੱਕ ਬੰਦਾ ਸਾਡੇ ਤੋਂ ਦੌੜ ਗਿਆ, ਬਾਕੀ ਅਸੀਂ ਸਭ ਜਾ ਰਹੇ ਹਾਂ। ਆਉਣਾ ਤੇ ਆਉਣਾ, ਨਹੀਂ ਆਉਣਾ ਤਾਂ ਫਿਰ ਨਹੀਂ ਆ। ਠੀਕ ਹੈ, ਚਲਤੇ ਆਗੇ। ਇਹ ਮੈਂ ਰਾਸਤਾ ਜੋ ਹੈ ਨਾ ਇਸ ਤਰ੍ਹਾਂ ਦਾ ਮਿਲਿਆ ਹੁਣ ਰਾਹ 'ਚ, ਕਿਉਂਕਿ ਇੱਥੇ ਪਾਣੀ ਦੀ ਮਾਰ ਵੱਜਦੀ। ਇਹ ਦੇਖੋ ਸਰ, ਸ਼ਾਨ ਪੁੱਤਰ ਅੱਗੇ ਅਤੇ ਅਸੀਂ ਪਿੱਛੇ, ਅਤੇ ਮੇਰੇ ਤੋਂ ਪਿੱਛੇ ਤਿੰਨ ਬੰਦੇ ਨੇ। ਇਹ ਜਵਾਨਾਂ ਦਾ ਕੰਮ ਹੈ ਜੀ, ਜਵਾਨਾਂ ਤੋਂ ਇਲਾਵਾ ਨਹੀਂ ਕੋਈ ਆ ਸਕਦਾ ਇੱਥੇ। ਲਓ ਜੀ, ਉਹ ਜੇ ਇਸ ਜਗ੍ਹਾ 'ਤੇ ਅਸੀਂ ਪਹੁੰਚਣਾ, ਸਟੇਅ ਕਰਕੇ ਜਾ ਰਹੇ ਹਾਂ ਉੱਪਰ। ਉਹ ਦੇਖੋ ਇਹ ਮਰਗਲਾ ਸਾਰਾ, ਉਹ ਇਸਲਾਮਾਬਾਦ ਸਾਰਾ। ਉਹ ਦੇਖੋ ਜੀ ਬਾਂਦਰ, ਨਹੀਂ ਨਹੀਂ ਖਾ ਜਾਣਾ ਨਿੰਬੂ, ਫਾੜੋ ਆ ਗਏ ਨੀ ਮਾਮਾ ਫਾੜ। ਦੇਖੋ ਜੀ ਬੱਚੇ, ਬਾਂਦਰ ਹੀ ਬਾਂਦਰ। ਉਹ ਦੇਖੋ, ਉਹ ਵੇਖੋ, ਨਹੀਂ ਠੀਕ ਹੈ ਠੀਕ ਹੈ, ਬਣਾ ਬਣਾ ਵੀਡੀਓ। ਸਾਨੂੰ ਟੀਮਾਂ ਪੈ ਗਈਆਂ, ਉਹ ਤੁਹਾਨੂੰ ਦੇ ਦੇ ਸੂ ਮਾਰੀ ਕਾ ਸ਼ਾਨੀ ਹੋਰ ਆ ਗਏ ਨੀ, ਕੁਝ ਨੀ ਕਹਿੰਦੇ ਦੇ 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 ਫੜ ਲਾ ਨਹੀਂ ਖਾਣੇ ਉਹਨਾਂ। ਅਸੀਂ ਭਾਜੀ ਨਿੱਬੂ ਲਏ ਨੇ ਥੱਲਿਓ, ਤੇ ਲਗਾਰ ਹੋ ਗਈ ਸਾਡੇ ਤੇ। ਓਏ ਹੋਏ ਜ਼ੁਲਮ, ਦੇਖੋ ਜਿਹਦੀ ਕਿਸਮਤ 'ਚ ਹੋਏ ਨਿੱਬੂ ਉਹਨੂੰ ਮਿਲ ਕੇ ਰਹਿੰਦੇ ਨੇ, ਸਾਨੂੰ ਨਹੀਂ ਲੱਭੇ। ਓਏ ਹੋਏ, ਉਹ ਵੇਖੋ ਪਾਣੀ ਇਸ ਤਰ੍ਹਾਂ ਉੱਪਰ ਹੁੰਦਾ, ਪਾਣੀ ਲੈਣ ਜਾ ਰਹੇ ਨੇ ਜੀ। ਇਹ ਦੇਖੋ ਨੀਚਿਓ, ਇਹ ਵੇਖੋ ਯਲਗਾਰ ਹੋ ਸ਼ਾਨੀ ਆਇਆ ਜੀ, ਇਹ ਕੁੱਤੇ ਹੀ। ਉਹ ਸ਼ਾਨੀ ਕੋ ਗਿਆ ਸੀ, ਮਾਮਾ ਉਹਨਾਂ ਨੇ ਛੱਡਣਾ ਨੀ ਸੀ ਕੁਛ ਵੀ। ਮੈਂ ਤੂੰ ਅੱਛਾ ਜੀ, ਅਸੀਂ ਬੈਠੇ ਹਾਂ ਇੱਥੇ ਤੇ ਆ ਵੇਖੋ ਕੋਲ ਆ ਕੇ ਇਹਦਾ ਕਜ਼ਨ ਬੈ ਗਿਆ। ਮਾਜੀ ਸਾਹਿਬ ਇਹ ਸਭ ਕਿਆ ਦੇਖਣਾ ਪੜ ਰਿਹਾ ਹੈ? ਮਾਜੀ ਸਾਹਿਬ ਕਰੋ ਫਿਰ ਇਹਦੇ ਨਾਲ ਗੱਪ ਸ਼ੱਪ, ਕਿੰਨੀ ਦੇਰ ਰਿਹਾ ਇੱਥੇ, ਪੁੱਛ ਤਾਂ ਸਹੀ। ਉਹ ਲੜੇ ਆ ਭੈਣ ਨੂੰ ਨਾ, ਇਹਨਾਂ ਦੀ ਜ਼ਮੀਨ ਜਿਹੜੀ ਉਹ ਆਪਣੇ ਕਬਜ਼ੇ 'ਚ ਕਰ ਲਈ। ਅੱਛਾ, ਸੁਲਾ ਕਰਨ ਆਏ ਹੋ ਸ਼ਰੀਕੇ ਨਾਲ? ਸ਼ਰੀਕੇ ਨਾਲ ਸੁਲਾ। ਚੱਲ ਯਾਰ, ਹੈਲੋ ਮਾਜਦ, ਮਨਾ ਲਾ ਯਾਰ, ਤੇਰੀ ਮਿਹਰਬਾਨੀ, ਜ਼ਿਆਦਾ ਲੜਾਈ ਨਹੀਂ ਚੰਗੀ ਹੁੰਦੀ। ਪਲਾਟ ਦਾ ਹੈਗਾ, ਮਰਲੇ ਦਾ ਰੋਲਾ ਓਏ ਤੇਰਾ, ਓਏ ਲੀਲਈ ਰਸ ਗਿਆ ਮਰਲਾ। ਉਹਨੇ ਕਿਹਾ ਮੈਂ ਜੰਗਲਾਂ 'ਚ ਰਹਿਣ ਵਾਲਾ ਬੰਦਾ, ਮੈਨੂੰ ਮਰਲਿਆਂ 'ਚ ਫਰਕ ਹੀ ਨਹੀਂ ਪੈਂਦਾ, ਮੈਨੂੰ ਪਾੜ ਦਿਓ। ਦਰਬਾਰ ਸ਼ਰੀਫ ਪਹੁੰਚ ਗਏ,
ਚਿੱਲਾ ਗਾ ਠੀਕ ਹੈ। ਓਏ ਹੋਏ ਵਾਹ ਜੀ ਵਾਹ ਮਾਈ ਸਾਹਿਬ। ਉਹ ਉੱਪਰ ਵੀ ਰਾਸਤਾ ਜਾਂਦਾ ਇੱਥੇ ਉਹਨਾਂ ਚਿੱਲਾ ਕੱਟਿਆ ਸੀ ਉਹ ਅੱਗੇ। ਅੱਛਾ ਇਹ ਮੰਨਤਾਂ ਦੇਖੋ ਮਾਸ਼ਾਅੱਲਾ ਲੋਕਾਂ ਨੇ ਸੁਭਾਨ ਅੱਲਾ ਆਪਣੀਆਂ ਮੰਨਤਾਂ ਮੰਗੀਆਂ ਹੋਈਆਂ ਨੇ। ਅਲੀ 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 ਕਰ ਦੇਖੋ ਇੱਥੇ ਦੀਵੇ ਬਾਲਦੇ ਨੇ ਮੰਨਤਾਂ ਮੰਗਦੇ ਨੇ ਅੱਲਾ ਸਭ ਦੀਆਂ ਮੁਰਾਦਾਂ ਪੂਰੀਆਂ ਕਰੇ ਅਤੇ ਸਾਡੀ ਵੀ ਕੋਈ ਦਿਲ 'ਚ ਤਾਂ ਉਹ ਜ਼ਰੂਰ ਪੂਰੀ ਕਰੇ। ਅਤੇ ਅਸੀਂ ਜੀ ਦੁਆ ਕਰੋ ਅਸੀਂ ਤੁਹਾਡੇ ਵਾਸਤੇ ਵੀ ਕਰਾਂਗੇ। ਅਸੀਂ ਉੱਪਰ ਆਏ ਹਾਂ ਜੀ ਸਾਨੂੰ ਮਿਲਿਆ ਕਾਹਵਾ ਇਹਨਾਂ ਨੇ ਸਾਨੂੰ ਕਾਹਵਾ ਦਿੱਤਾ ਐਤਵਾਰ ਕੇ ਇੱਥੋਂ ਦਾ ਹਰ ਬੰਦੇ ਨੂੰ ਕਾਹਵਾ ਦਿੰਦੇ ਨੇ ਠੀਕ ਹੈ। ਦਰਬਾਰ ਸ਼ਰੀਫ ਬਜ਼ੁਰਗ ਇੱਥੇ ਖਿਦਮਤ ਕਰਨ ਵਾਸਤੇ ਹਰ ਬੰਦੇ ਦੀ ਖਿਦਮਤ ਕਰਨ ਵਾਸਤੇ ਇਹਨਾਂ ਦੀ ਡਿਊਟੀਆਂ ਨੇ। ਅਸੀਂ ਬੈਠੇ ਬਿਲਕੁਲ ਉੱਪਰ Ali Ali Mala Ali Ali Kar Ali 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 Ali
A few moments later. ਅਸੀਂ ਹੁਣ ਚੱਲੇ ਹਾਂ ਜੀ ਉੱਤੇ ਚਿੱਲਾ ਗਾ ਤੇ ਇਹ ਰਾਹ ਜਾਂਦਾ ਉੱਪਰ ਉਹ ਜਗ੍ਹਾ ਜਾਣਾ ਅਸੀਂ ਠੀਕ ਹੈ ਜੀ ਇੱਥੇ ਕਰ ਰਹੇ ਨੇ ਵੇਟਿੰਗ ਇਹ ਮੇਰੇ ਕੋਈ ਫਰੈਂਡ ਨੇ ਲਾਹੌਰ ਵਾਲੇ ਠੀਕ ਹੈ ਬੈਠੇ ਹੋਏ ਨੇ ਸਾਰੇ ਠੀਕ ਹੈ ਇੱਕ ਉਹ ਆਹੋ ਅਸੀਂ ਜਾ ਰਹੇ ਹਾਂ ਜੀ ਉੱਪਰ ਵਾਲੀ ਸਾਈਡ ਤੇ ਠੀਕ ਹੈ ਤੇ ਅੱਜ ਐਂਡ ਤੱਕ ਜਾਣਾ ਹੈ ਜਿੱਥੋਂ ਤੱਕ ਮਿਹਰਬਾਨੀ ਓਏ ਵੇਖੀ ਦਰਬਾਰ ਸ਼ਰੀਫ ਨੀਚੇ ਉੱਪਰ ਚਿੱਲਾ ਗਾ ਜਾਣਾ ਵੈਸੇ ਘੁੰਮ ਕੇ ਵੇਸ ਉਹ ਉੱਥੋਂ ਆਏ ਹਾਂ ਅਸੀਂ ਇਹ ਰਾਹ ਸਾਰਾ ਥੱਲੇ ਉਹ ਉੱਥੇ ਕਿਦੋਂ ਅੱਜ ਹੀ ਅੱਜ ਹੀ ਜਾ ਕੇ ਚੱਲ ਠੀਕ ਆ ਇੰਨਾ ਸਵਾਲ ਹੈ ਕਿਹਨੂੰ ਭਲਵਾਨ ਕਹਿਣਾ ਤੂੰ ਇਹ ਜਿਹੜੇ ਅਸੀਂ ਆ ਰਹੇ ਹਾਂ ਕਿਹਨੂੰ ਭਲਵਾਨ ਕਹਿਣਾ ਨਹੀਂ ਨਹੀਂ ਇਸ ਤੋਂ ਇਲਾਵਾ ਮੈਂ ਕਿਸੇ ਨੂੰ ਨਹੀਂ ਮੰਨਦਾ ਤੂੰ 20 ਕਿਲੋ ਚੁੱਕ ਲੇਗਾ ਚੁੱਕ ਲਾਂਗਾ ਚੱਲੇ ਹੱਥ ਨਾਲ ਇੰਜ ਚੁੱਕਾ ਬਾਲਾ ਕੱਢਾ ਠੀਕ ਹੈ ਲੱਗੀ ਓਕੇ ਵੀਡੀਓ ਲੱਗ ਗਈ ਚਲੋ ਚਲੋ ਉਹ ਚੱਲੋ ਚੱਲ ਆਇਓ ਆਇਓ ਆਇਆ ਆਇਆ ਯਾਰ ਓਏ ਓ ਰਹਿਣ ਦਿਓ ਯਾਰ ਯਾਰ ਵਾਪਸ ਵੀ ਜਾਣਾ ਹੈ ਓਏ ਮੈਂ ਕੀ ਕਰਨਾ ਪਿਆ ਤੈਨੂੰ ਵਾਪਸ ਵੀ ਜਾਣਾ ਆਇਆ ਸ਼ਾਨੀ ਉਹ ਉੱਥੋਂ ਆਏ ਹਾਂ ਅਸੀਂ ਉਹ ਰੋਡ ਤੋਂ ਚੱਲੇ ਜੀ ਅਸੀਂ ਅੰਦਰ ਇੱਕ ਮਿੰਟ ਇਹ ਦੇਖੋ ਜੀ ਚਿੱਲਾ ਗਾ ਬਜ਼ੁਰਗਾਂ ਨੇ ਦੇਖੋ ਮਿਹਨਤਾਂ ਕੀਤੀਆਂ ਉਹ ਦੇਖੋ ਇਹ ਦੇਖੋ ਸਾਡੀ ਖਾਤਰ ਇਹ ਦੇਖੋ ਇੱਥੇ ਚਿੱਲਾ ਕੱਟਿਆ ਹੋਇਆ ਲਾਈਟ ਦੀ ਵੀ ਉਹਨਾਂ ਨੇ ਰੱਖੀ ਹੁਣ ਚੱਲਦੇ ਹਾਂ ਬਾਹਰ ਦੀ ਤਰਫ ਇਹ ਦੇਖੋ ਇਹ ਮੈਂ ਇੱਥੋਂ ਆਇਆ ਅੰਦਰ ਠੀਕ ਹੈ ਸਿੱਧਾ ਰਹਿ ਬਿਲਕੁਲ
ਮਾਜਦ ਮੇਰੇ ਪਿੱਛੇ ਆ ਰਿਹਾ ਜੀ। ਇਹ ਦੇਖੋ ਬਜ਼ੁਰਗਾਂ ਨੇ ਮਿਹਨਤਾਂ ਕੀਤੀਆਂ ਨੇ। ਮਾਜਦ ਬਿਲਕੁਲ ਸਟੇਟ ਹੋ, ਛਾਤੀ ਸਿੱਧੀ ਕਰ, ਬਿਲਕੁਲ ਲੰਮੇ ਦਾਦੀ। ਹਾਂ ਆਈ ਆਈ ਆ, ਸਿੱਧਾ ਹੋ, ਖੜਾ ਹੋ, ਹੱਥ ਪਾ ਉੱਤੇ ਹੈ। ਅਸੀਂ ਹੁਣ ਮੈਂ ਤੁਹਾਨੂੰ ਦਿਖਾ ਰਿਹਾ ਜੀ, ਉਹ ਵੇਖੋ ਦੀਵਾ ਚੱਲਦਾ ਹੈ, ਵੇ ਇਹ ਤਰ੍ਹਾਂ ਛਾਤੀ ਮਾਰ ਲੈ ਇੱਧਰ। 5 minutes later apni bro jo pati nahi gaya agge se bhi sahi nazar aa raha hai agge ho ye ai protect bilkul straight jana hi eh chilla ga te baad bilkul ਬੱਚੇ ਵੇਟਿੰਗ ਤੇ ਖਲੋਤੇ ਹਨ। ਅਸੀਂ ਖੜੇ ਹਾਂ ਬਿਲਕੁਲ ਚਿੱਲਾ ਗਾ ਦੇ ਬਿਲਕੁਲ ਉੱਪਰ, ਕਾਫੀ ਸਕੂਨ ਮਿਲਿਆ ਅੰਦਰ ਤੱਕ ਹੋ ਕੇ ਆਏ ਹਾਂ, ਪੁਰ ਸਕੂਨ। ਹਾਂਜੀ ਹੁਣ ਅਸੀਂ ਨੀਚੇ ਵੱਲ ਜਾ ਰਹੇ ਹਾਂ, ਇਹ ਜੰਗਲੇ ਲੱਗੇ ਨੇ ਸਾਈਡਾਂ 'ਤੇ, ਬੜਾ ਅੱਛਾ ਕੰਮ ਕੀਤਾ ਇਹਨਾਂ, ਕੰਮ ਖਤਰਨਾਕ। ਪਹਾੜੀ ਤੁਹਾਨੂੰ ਪਤਾ, ਫਿਰ ਪਹਾੜੀ ਉਹ ਇੱਕ ਇਹ ਉੱਪਰੋਂ ਦੀ ਘੁੰਮ ਕੇ ਆਉਣਾ ਸੀ। 2 hours later ऊपर से वापसी आके तो आप पीने लगे हैं जी रो। ये चल रही है मशीन गन्ने वाला, और ये अभी हम इधर खड़े हुए हैं, और काफ़ी ज़्यादा मज़ा आया है, सफ़र भी अच्छा रहा है, अभी सब पीने लगे हैं रो। ज़बरदस्त हमारा टूर रहा है जी, हम लोग आ गए हैं जी नीचे, तो काफ़ी मज़ा आया, काफ़ी इंजॉय किया। तो इंशाल्लाह ताला अभी बहुत ज़्यादा हम थके हुए हैं, सभी की एनर्जी बिल्कुल कम हुई है, ठीक है, एनर्जी ख़त्म हुई है। क्यों शानी साहब? नहीं मेरी तो एनर्जी है, दोबारा चले ऊपर? नो मेरी भी एनर्जी नहीं खत्म हुई, इसकी भी नहीं खत्म हुई, पैसे खत्म हो गए, एनर्जी खत्म यही हुई। कैसा लगा मेरा मजाक? ਠੀਕ ਹੈ, ਨਹੀਂ ਚਾਹੀਏ ਤੇ ਇਨਸ਼ਾਅੱਲਾ ਤਾਲਾ ਜੀ, ਲਾਈਕ ਕਰੋ, ਸ਼ੇਅਰ ਕਰੋ, ਸਬਸਕ੍ਰਾਈਬ ਕਰੋ ਤੇ ਬੈਲ ਦਾ ਬਟਨ ਜ਼ਰੂਰ ਦਬਾਓ। ਤਾਂ ਫਿਰ ਮਿਲਾਂਗੇ ਨਵੀਂ ਜਗ੍ਹਾ ਤੇ, ਅੱਲਾ ਹਾਫਿਜ਼, ਅੱਲਾ ਹਾਫਿਜ਼।